ਡਾਕਟਰ ਨਿਰੰਦਰ ਸਿੰਘ ਕਪੂਰ ਦੀ ਖਾਸਮ ਖਾਸ ਰਚਨਾ ਲਗਭਗ ਹਰ ਇੱਕ ਵਿਅਕਤੀ ਜੀਵਨ ਵਿੱਚ ਕਿਸੇ ਇੱਕ ਖੇਤਰ ਚ ਜਾਂਦਾ ਜਾਂਦਾ ਕਿਸੇ ਦੂਜੇ ਖੇਤਰ ਚ ਪਰਵੇਸ਼ ਕਰ ਜਾਂਦਾ ਪਰ ਇਸ ਉਮਰ ਵਿੱਚ ਮਨੁੱਖ ਸਾਰੀਆਂ ਤਬਦੀਲੀਆਂ ਨੂੰ ਕਿਸਮਤ ਦੇ ਗੇੜ ਮੰਨ ਕੇ ਸੰਤੁਸ਼ਟ ਹੁੰਦਾ ਹੈ ਗੱਲ ਹੈ 5ਵੇਂ ਸਾਲ ਦੀ ਨੌਕਰੀ ਚ ਲੱਗੇ ਵਿਅਕਤੀ ਆਪਣੀ ਨੌਕਰੀ ਦੇ ਖਤਮ ਹੋਣ ਬਾਰੇ ਸੋਚਣ ਲੱਗ ਪੈਂਦੇ ਹਨ ਪਹਿਲੇ ਕਿਸੇ ਵੀ ਸਮੇਂ ਨਾਲੋਂ ਇਸ ਉਮਰ 'ਚ ਵਿਅਕਤੀ ਨੂੰ ਬੜੀ ਸ਼ਿੱਦਤ ਨਾਲ ਗਿਆਨ ਹੁੰਦਾ ਹੈ ਕਿ ਮੌਤ ਬੜੀ ਵੱਡੀ ਸੱਚਾਈ ਹੈ ਜੇ ਮਾਪੇ ਜੀ ਹੁੰਦੇ ਹੈ ਤਾਂ ਉਹਨਾਂ ਦੇ ਆਕਾਲ ਚਲਾਣੇ ਬਾਰੇ ਵੀ ਚਾਰ ਜ਼ਰੂਰ ਹੋਣ ਲੱਗ ਪੈਂਦੇ ਹੈ ਇੱਕ ਇਕੱਲੇ ਰਹਿਣ ਵਾਲੇ ਵਿਅਕਤੀ ਇਸ ਉਮਰ 'ਚ ਬਹੁਤ ਉਦਾਸ ਹੁੰਦੇ ਹੈ ਇਹ ਉਹ ਉਮਰ ਹੁੰਦੀ ਹੈ ਜਦੋਂ ਜਨਮ ਦਿਨ ਮਨਾਉਣਾ ਖੁਸ਼ੀ ਨਹੀਂ ਦਿੰਦਾ ਦੁਖੀ ਕਰਦਾ ਹੈ ਇਸ ਉਮਰ ਦਾ ਵਿਅਕਤੀ ਕਿਸੇ ਨੂੰ ਵੀ ਇਸ ਯੋਗ ਨਹੀਂ ਸਮਝਦਾ ਕਿ ਉਸ ਨਾਲ ਲੜਿਆ ਜਾਵੇ ਕਿਉਂਕਿ ਇਸ ਉਮਰ 'ਚ ਮਨੁੱਖ ਦੀ ਸੋਚ ਖਲਜਗਣਾ ਤੇ ਵੈਰ ਵਿਰੋਧਾਂ ਤੋਂ ਬਚਣਾ ਚਾਹੁੰਦੀ ਹੈ ਇਸ ਉਮਰ 'ਚ ਵਿਅਕਤੀ ਬਜਾਜਾਂ ਤੇ ਲਲਾਰੀਆਂ ਕੋਲ ਜਾਣਦੀ ਥਾਂ ਐਨਕ ਸਾਜ਼ਾਂ ਤੇ ਦੰਦ ਸਾਜ਼ਾਂ ਕੋਲ ਵਧੇਰੇ ਜਾਂਦਾ ਹੈ ਜਵਾਨੀ 'ਚ ਮਨੁੱਖ ਨੂੰ ਖੁਸ਼ੀ ਖਾਣ ਪੀਣ ਤੇ ਭੋਗ ਵਿਲਾਸ ਚੋਂ ਮਿਲਦੀ ਹੈ ਪਰ ਪੰਜਾਹਾਂ ਦੇ ਨੇੜੇ ਅਪੜ ਕੇ ਮਨੁੱਖ ਦੀ ਖੁਸ਼ੀ ਦਾ ਆਧਾਰ ਉਸ ਸਾਰੀ ਜਾਇਦਾਦ ਤੇ ਜੋੜਿਆ ਹੋਇਆ ਧਨ ਹੋ ਜਾਂਦੀ ਹੈ ਜਵਾਨ ਜਲਦੀ ਨਰਾਜ਼ ਹੋ ਜਾਂਦੇ ਹੈ ਜਲਦੀ ਨਰਾਜ਼ਗੀ ਭੁੱਲ ਜਾਂਦੇ ਹੈ ਪਰ 50ਾਂ ਦੇ ਨੇੜੇ ਗੰਢਾਂ ਪੀਡੀਆਂ ਪੈ ਚੁੱਕੀਆਂ ਹੁੰਦੀਆਂ ਹਨ ਹਰ ਕੋਈ ਆਪਣੀਆਂ ਇਸ ਸਮੱਸਿਆਵਾਂ 'ਚ ਇਸ ਹੱਦ ਤੱਕ उलझਿਆ ਹੁੰਦਾ ਹੈ ਕਿ ਉਸ ਕੋਲ ਆਪਣੀ ਭੈਣ ਭਰਾਵਾਂ ਦੀ ਮਦਦ ਕਰਨ ਦੀ ਸਮਰੱਥਾ ਤੇ ਸਮਾਂ ਨਹੀਂ ਹੁੰਦਾ ਇਸ ਉਮਰ ਵਿੱਚ ਸਰੀਰਕ ਬਲ ਵਾਲੇ ਕੰਮ ਆਪਣੀ ਸੰਤਾਨ ਤੋਂ ਲੈ ਜਾਂਦੇ ਹਨ ਇਸ ਵੇਲੇ ਵਿਅਕਤੀ ਆਪਣੀ ਜਵਾਨੀ ਬਾਰੇ ਸੋਚਦਾ ਹੈ ਕਾਸ਼ ਜੇ ਉਸ ਵੇਲੇ ਅਕਲ ਹੁੰਦੀ ਇਸੇ ਉਮਰ ਬਾਰੇ ਕਿਹਾ ਜਾਂਦਾ ਹੈ ਅੱਖਾਂ 'ਚ ਸੁਪਨੇ ਹੁੰਦੇ ਹਨ ਪਰ ਜੋੜਾਂ 'ਚ ਦਰਦ ਵੱਧ ਗਿਆ ਹੁੰਦਾ ਹੈ ਜਿੰਨੀ ਸ਼ਿੱਦਤ ਨਾਲ ਗੋਡਿਆਂ ਦਾ ਦਰਦ ਸਾਨੂੰ ਆਪਣੇ ਬੁੱਢੇ ਹੋਣ ਦਾ ਗਿਆਨ ਦਿੰਦਾ ਹੈ ਸਰੀਰ ਦੀ ਹੋਰ ਕੋਈ ਤਕਲੀਫ ਨਹੀਂ ਦਿੰਦੀ ਪੰਜਾਹ ਦੇ ਨੇੜੇ ਆਪਣੀ ਮਰ ਗਈ ਸੰਤਾਨ ਨੂੰ ਬਹੁਤ ਯਾਦ ਕੀਤਾ ਜਾਂਦਾ ਹੈ ਕਿਉਂਕਿ ਇਸ ਵੇਲੇ ਉਸ ਮਰੇ ਬੱਚੇ ਦੇ ਹਾਣ ਦੇ ਵਿਅਕਤੀਆਂ ਦੇ ਵਿਆਹ ਹੋ ਰਹੇ ਹੁੰਦੇ ਹਨ ਤੇ ਉਪਰਵਾਨ ਚੜ ਰਹੇ ਹੁੰਦੇ ਹਨ ਜਿਨ੍ਹਾਂ ਦੇ ਕੇਵਲ ਧੀਆ ਹੁੰਦੀਆਂ ਹਨ ਉਹ ਇਸ ਉਮਰ 'ਚ ਹਾਰੇ ਹੋਏ ਵਿਅਕਤੀਆਂ ਵਾਂਗ ਵਿਚਰਦੇ ਹਨ ਉਹੀ ਜਾਣਦੇ ਹਨ ਕਿ ਪਵਿੱਖ ਦੀ ਚਿੰਤਾ ਸਬੰਧੀ ਉਹਨਾਂ ਨਾਲ ਕੀ ਬੀਤ ਰਹੀ ਹੁੰਦੀ ਹੈ। ਇਸ ਉਮਰ ਵਿੱਚ ਮੂਰਖਾਂ ਤੋਂ ਸਿਵਾਏ ਸਾਰੇ ਗੰਭੀਰ ਹੋ ਜਾਂਦੇ ਹਨ। ਪੰਜਾਹਾਂ ਦੇ ਨੇੜੇ ਮਨੁੱਖ ਗੱਲਾਂ ਕਰਨ ਦੀ ਥਾਂ ਕਹਾਣੀਆਂ ਸੁਣਾਉਣ ਲੱਗ ਪੈਂਦਾ ਹੈ। ਜਵਾਨੀ ਵਿੱਚ ਮਨੁੱਖ ਸੋਚਦਾ ਮੈਂ ਕੀ ਨਹੀਂ। ਪੰਜਾਹਾਂ 'ਚ ਉਹ ਸੋਚਦਾ ਮੈਂ ਕੀ ਹਾਂ ਮੈਂ ਤਾਂ ਕੁਝ ਵੀ ਨਹੀਂ। ਇਸ ਉਮਰ 'ਚ ਗੱਲਾਂ ਕਰਨ ਦੀ ਆਦਤ ਵੱਜ ਜਾਂਦੀ ਹੈ। ਇਸ ਉਮਰ ਦੇ ਵਿਅਕਤੀ ਨੂੰ ਇਹ ਜਾਣ ਕੇ ਦੁੱਖ ਹੁੰਦਾ ਹੈ ਕਿ ਕੋਈ ਉਹਦੇ ਲੰਮੇ ਜੀਵਨ ਅਨੁਭਵ ਤੋਂ ਲਾਭ ਉਠਾਉਣ ਲਈ ਤਿਆਰ ਨਹੀਂ। ਇਸ ਉਮਰ 'ਚ ਦੂਜਿਆਂ ਦਾ ਧਿਆਨ ਖਿੱਚਣ ਦੀ ਲਾਲਸਾ ਘਟ ਜਾਂਦੀ ਹੈ। ਉਹਦੇ ਰੇਤ ਤਸੱਲੀ ਆਪਣੇ ਕੰਮ ਵਿੱਚੋਂ ਮਿਲਣ ਲੱਗ ਪੈਂਦੀ ਹੈ। ਇਸ ਉਮਰ 'ਚ ਪਹਿਰਾਵਾ ਵੀ ਬਦਲ ਜਾਂਦਾ ਹੈ। ਹਰ ਇੱਕ ਵਿਅਕਤੀ ਦੇ ਖਾਣ-ਪੀਣ ਬਾਰੇ ਵੀ ਕੁਝ ਨਵੇਂ ਉਸੂਲ ਬਣ ਚੁੱਕੇ ਹੁੰਦੇ ਹਨ। ਇਸ ਉਮਰ ਦੇ ਵਿਅਕਤੀ ਉਹਦੇ ਰੇ ਇਤਰਾਜ਼ ਕਰਦੇ ਹਨ, देर ਨਾਲ ਫੈਸਲਾ ਕਰਦੇ ਹਨ। ਨਵੀਂ ਚੀਜ਼ ਨੂੰ ਸੌਖਿਆ ਸਵੀਕਾਰ ਨਹੀਂ ਕਰਦੇ ਤੇ ਕੋਈ ਕੰਮ ਗਲਤ ਹੋਣ ਤੇ ਝਟ ਪਛਤਾਉਣ ਲੱਗ ਪੈਂਦੇ ਹਨ ਕਹਿੰਦੇ ਹਨ ਕਿ ਇਸ ਉਮਰ 'ਚ ਜਵਾਨੀ ਦੇ ਪੀਤ ਜਾਣ ਕਾਰਨ ਹਿੰਮਤ ਵਾਂਗ ਕਿਸੇ ਨੂੰ ਪਰਮਾਉਣ ਦੀ ਸ਼ਕਤੀ ਵੀ ਘੱਟ ਜਾਂਦੀ ਹੈ ਸੋ ਉਹ ਕੰਮ ਬਿਲਕੁਲ ਨਹੀਂ ਕਰਨੇ ਚਾਹੀਦੇ ਜਿਨ੍ਹਾਂ ਨੂੰ ਕਰਕੇ ਸ਼ਰਮਸਾਰ ਹੋਣਾ ਪਵੇ ਜੇ ਜਵਾਨ ਵਿਅਕਤੀ ਕੁਝ ਭੁੱਲ ਜਾਏ ਤਾਂ ਕਹਿ ਦਿੱਤਾ ਜਾਂਦਾ ਇਹਦਾ ਧਿਆਨ ਕਿਧਰੇ ਹੋਰ ਸੀ ਪਰ ਜਦੋਂ 50 ਸਾਲ ਦਾ ਵਿਅਕਤੀ ਕੁਝ ਭੁੱਲ ਜਾਏ ਤਾਂ ਕਿਹਾ ਜਾਂਦਾ ਹੈ ਕਿ ਬੁੱਢਾ ਹੋ ਰਿਹਾ ਹੈ। ਇਸ ਉਮਰ ਦਾ ਵਿਅਕਤੀ ਦੂਜਿਆਂ ਦੇ ਰਿਟਾਇਰ ਹੋਣ ਤੇ ਖੁਸ਼ ਹੁੰਦਾ ਹੈ ਪਰ ਆਪਣੀ ਰਿਟਾਇਰਮੈਂਟ ਬਾਰੇ ਸੋਚ ਕੇ ਦੁਖੀ ਹੁੰਦਾ ਹੈ। ਕਈ ਵਿਅਕਤੀ ਇਸ ਹੱਦ ਤੱਕ ਨਿਕੰਮੇ ਹੁੰਦੇ ਹਨ ਕਿ ਉਹਨਾਂ ਕੋਲ ਆਪਣੇ ਬਾਰੇ ਦੱਸਣ ਲਈ ਸਿਵਾਏ ਆਪਣੀ ਉਮਰ ਦੇ ਹੋਰ ਕੁਝ ਨਹੀਂ ਹੁੰਦਾ। 50 ਸਾਲਾਂ ਦਾ ਤਜਰਬੇਕਾਰ ਵਿਅਕਤੀ ਆਪਣੇ ਸਾਥੀਆਂ ਦੇ ਸਤਕਾਰ ਦਾ ਯਾਤਰ ਹੁੰਦਾ ਹੈ ਪਰ 50 ਸਾਲਾਂ ਦਾ ਨਿਕੰਮਾ ਬੰਦਾ ਦੂਜਿਆਂ ਦੇ ਹਾਸੇ ਮਖੌਲ ਦਾ ਕਾਰਨ ਬਣਦਾ ਹੈ। ਜਿਨ੍ਹਾਂ ਨੇ ਜਵਾਨੀ 'ਚ ਮਿਹਨਤ ਕੀਤੀ ਹੁੰਦੀ ਹੈ ਉਹ 50 ਸਾਲ ਦੀ ਉਮਰ 'ਚ ਆਪਣੇ ਪ੍ਰਾਪਤੀ ਦੇ ਸਿਖਰ ਤੇ ਜਾਂ ਉਹਦੇ ਨੇੜੇ ਪਹੁੰਚ ਚੁੱਕੇ ਹੁੰਦੇ ਹਨ 50 ਸਾਲ ਦੀ ਉਮਰ 'ਚ ਪਹੁੰਚ ਕੇ ਪਤੀ ਤੇ ਪਤਨੀ ਪੁਰਸ਼ ਤੇ ਇਸਤਰੀ ਸਾਲਾਂ ਬਾਰੇ ਸੋਚਦੇ ਹਨ ਦਹਾਕਿਆਂ ਸਦੀਆਂ ਬਾਰੇ ਨਹੀਂ ਪੁਰਸ਼ ਤੇ ਇਸਤਰੀ 'ਚ ਇੱਕ ਦੂਜੇ ਵਾਸਤੇ ਪ੍ਰੇਮੀਆਂ ਵਾਂਗ ਵਿਚਰਨ ਦੀ ਸਮਰੱਥਾ ਨਹੀਂ ਰਹਿੰਦੀ ਸੋ ਅਜਨੇ ਬਈਆਂ ਨੂੰ ਭਰਾ ਜੀ ਜਾਂ ਭੈਣ ਜੀ ਬੇਟਾ ਜਾਂ ਬੇਟੀ ਕਹਿੰਦੇ ਹਨ ਇਸ ਉਮਰ ਚ ਸਭ ਤੋਂ ਵਧੇਰੇ ਦੁਖੀ ਉਹ ਹੁੰਦੇ ਹਨ ਜਿਹੜੇ ਅਜੇ ਵੀ ਜਵਾਨ ਪ੍ਰਤੀਤ ਹੋਣਾ ਚਾਹੁੰਦੇ ਹਨ ਅਜੇ ਵੀ ਵਿਅਕਤੀ ਆਪਣੇ ਆਪ ਨਾਲ ਲੁਕਣ ਮਿੱਟੀ ਖੇਡਦੇ ਹਨ 50 ਸਾਲ ਦੀ ਉਮਰ ਅੱਕਣ ਥੱਕਣ ਪਛਤਾਉਣ ਜਾਂ ਝੂਰਨ ਜਾਂ ਬੁੱਢੇ ਹੋਣ ਦੀ ਨਹੀਂ ਹੁੰਦੀ ਸਿਆਣੇ ਹੋਣ ਦਾ ਵੇਲਾ ਹੁੰਦਾ ਹੈ ਤਾਂ